ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਬਰਨ ਕੌਰ ਮਾਨ ਖਮਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਪੇਸ਼ ਨੇ ਪਹਿਲਾਂ ਝੁੰਵੀਆਂ ਖਬਰਾਂ ਕੈਨੇਡਾ ਆਸਟ੍ਰੇਲੀਆ ਸਣੇ ਵੱਡੇ ਦੇਸ਼ਾਂ ਵਿੱਚ ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ ਅੱਧੀ ਰਾਤ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਯਾਤਰੀਆਂ ਵੱਲੋਂ ਹੰਗਾਮਾ ਆਸਟ੍ਰੇਲੀਆ ਦੇ ਕੈਨਬਰਾ 에ਅਰਪੋਰਟ ਤੇ ਚੱਲੀਆਂ ਗੋਲੀਆਂ ਆਸਟ੍ਰੇਲੀਆ ਦੇ ਕੈਨਬਰਾ ਹਵਾਈ ਅੱਡੇ ਤੋਂ ਉਡਾਣ ਸੇਵਾਵਾਂ ਮਾਂ ਬਹਾਲ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਰਵਾਇਆ ਗਿਆ ਸੀ ਖਾਲੀ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਤੇ ਤੁਲਿਆ ਚੀਨ 3 ਸਾਲ ਤੋਂ ਨਹੀਂ ਦੇ ਰਿਹਾ ਵਾਪਸੀ ਵੀਜ਼ਾ। ਕੈਨੇਡਾ ਵੱਲੋਂ ਵੀਜ਼ੇ ਰੱਦ ਕਰਨ ਦੀ ਦਰ ਵਿੱਚ ਲਗਾਤਾਰ ਵਾਧਾ ਪੰਜਾਬੀ ਹੋਏ ਸਭ ਤੋਂ ਵੱਧ ਪ੍ਰਭਾਵਿਤ। ਯੂਕੇ 'ਚ 2022 ਵਿੱਚ 20,000 ਤੋਂ ਵੱਧ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕੀਤਾ ਇੰਗਲਿਸ਼ ਚੈਨਲ ਪਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤਾ ਖਾਸ ਸੰਦੇਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਆਸਟ੍ਰੇਲੀਆ ਜਿਹੇ ਦੇਸ਼ਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਇਹਨਾਂ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੱਡੀ ਗਿਣਤੀ ਵਿੱਚ ਨਾ ਮਨਜ਼ੂਰ ਹੋ ਰਹੀਆਂ ਨੇ ਇਸ ਦੇ ਪ੍ਰਮੁੱਖ ਕਾਰਨ ਨੇ ਫਰਜ਼ੀ ਬੈਂਕ ਸਟੇਟਮੈਂਟ ਬਰਥ ਸਰਟੀਫਿਕੇਟ ਅਤੇ ਐਜੂਕੇਸ਼ਨ ਗੈਪ ਨੂੰ ਲੈ ਕੇ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਦਸਤਾਵੇਜ਼ ਅਤੇ ਨਾਲ ਹੀ ਅਧਿਕਾਰੀ ਇਸ ਸੰਬੰਧੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਹੈ 2021 ਵਿੱਚ ਆਸਟ੍ਰੇਲੀਆ ਦੇ ڈپਾਰਟਮੈਂਟ ਆਫ ਹੋਮ ਅਫੇਅਰਸ ਨੇ ਪੰਜਾਬ ਹਰਿਆਣਾ ਨਾਲ ਸੰਬੰਧਿਤ 600 ਤੋਂ ਵੱਧ ਅਜਿਹੇ ਮਾਮਲੇ ਫੜੇ ਜਿਨ੍ਹਾਂ ਵਿੱਚ ਆਸਟ੍ਰੇਲੀਆ ਦਾ ਐਜੂਕੇਸ਼ਨ ਵੀਜ਼ਾ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਲਗਾਏ ਗਏ ਸਨ ਉਥੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ 1 ਸਾਲ ਵਿੱਚ ਫੜੇ ਅਜਿਹੇ ਮਾਮਲਿਆਂ ਦਾ ਅੰਕੜਾ 2500 ਤੋਂ ਵਧੇ ਰਿਹਾ ਹੈ ਅਜੇ ਹੀ ਮਾਮਲੇ ਨਿਊਜ਼ੀਲੈਂਡ ਯੂਕੇ ਅਮਰੀਕੀ ਅੰਬੈਸੀਆਂ ਵੱਲੋਂ ਵੀ ਫੜੇ ਜਾ ਚੁੱਕੇ ਨੇ ਕੈਨੇਡਾ ਦੇ ਵੀਜ਼ਾ ਰੱਦ ਹੋਣ ਦੀ ਦਰ 41% ਦੀ ਪਹੁੰਚ ਗਈ ਹੈ ਕੋਵਿਡ ਤੋਂ ਪਹਿਲਾਂ ਇਹ ਦਰ 15% ਦੀ ਸੀ ਕਈ ਮਾਪਰਾਂ ਦੇ ਮੁਤਾਬਕ ਜਿਹਾ ਹੋੜ ਕਰਕੇ ਕੋਵਿਡ-19 ਕਾਰਨ 2 ਸਾਲ ਤੋਂ ਐਪਲੀਕੇਸ਼ਨ ਪੈਂਡਿੰਗ ਹੋਣਾ ਵੀ ਹੈ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਤੇ ਟੈਸਟਿੰਗ ਕਮੇਟੀ ਦੀ ਨਵੀਂ ਰਿਪੋਰਟ ਮੁਤਾਬਕ 2021 ਵਿੱਚ ਸਟੱਡੀ ਵੀਜ਼ਾ ਲਈ 2,25,402 ਅਰਜ਼ੀਆਂ ਪ੍ਰੋਸੈਸ ਕੀ ਗਈਆਂ ਅਤੇ ਉਹਨਾਂ ਵਿੱਚੋਂ 91439 ਖਾਰਜ ਕਰ ਦਿੱਤੀਆਂ ਗਈਆਂ ਮਤਲਬ ਕਰੀਬ 41% ਅਰਜ਼ੀਆਂ ਖਾਰਜ ਹੋਈਆਂ ਨੇ ਕਈ ਮਾਮਲਿਆਂ ਵਿੱਚ ਵੀਜ਼ਾ ਅਫਸਰ ਨੂੰ ਸ਼ੱਕ ਹੋ ਜਾਂਦਾ ਹੈ ਕਿ ਵਿਦਿਆਰਥੀ ਸਟੱਡੀ ਦੇ ਬਹਾਨੇ ਇਮੀਗ੍ਰੇਸ਼ਨ ਲਈ ਜਾ ਰਿਹਾ ਭਾਰਤ ਵਿੱਚ ਕਾਮਰਸ ਨਾਨ ਮੈਡੀਕਲ ਆਦ ਦੇ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਵੀਜ਼ਾ ਲਈ ਕੇਅਰਗਿਵਰਸ ਡਿਪਲੋਮਾ ਇਨ ਸੈਲੂਨ ਮੈਨੇਜਮੈਂਟ ਫੂਡ ਕraft ਆਦ ਆਸਾਨ ਕੋਰਸਾਂ ਲਈ ਅਰਜ਼ੀ ਦੇ ਦਿੰਦੇ ਨੇ ਇਸ ਨਾਲ ਵੀਜ਼ਾ ਅਫਸਰ ਨੂੰ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਅਤੇ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ ਤੇ ਵੀਜ਼ਾ ਨਹੀਂ ਦਿੱਤਾ ਜਾਂਦਾ ਪੰਜਾਬ ਦੇ ਅੰਮ੍ਰਿਤਸਰ 에য়ারਪੋਰਟ ਤੇ ਰਾਤ 11 ਵਜੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ ਦਰਅਸਲ ਅੰਮ੍ਰਿਤਸਰ ਤੋਂ ਅਹਮਦਾਬਾਦ ਜਾਣ ਵਾਲੀ ਫਲਾਈਟ ਰਾਤ ਨੂੰ ਅਚਾਨਕ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਯਾਤਰੀਆਂ ਕੋਲ ਨਾ ਤਾਂ ਅੱਗੇ ਜਾਣ ਲਈ ਕੋਈ ਫਲਾਈਟ ਸੀ ਅਤੇ ਨਾ ਹੀ ਰਾਤ ਰੁਕਣ ਦਾ ਕੋਈ ਪ੍ਰਬੰਧ ਸੀ ਅਹਮਦਾਬਾਦ ਤੋਂ ਆ ਰਹੀ ਸਪਾਈਸ ਜੱਟ ਦੀ ਫਲਾਈਟ SG3790 ਕੁਲ 1 ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੀ ਇਹੀ ਫਲਾਈਟ SG3791 ਬਣ ਕੇ ਰਾਤ 10 ਵਜੇ ਅੰਮ੍ਰਿਤਸਰ ਤੋਂ ਅਹਮਦਾਬਾਦ ਲਈ ਉਡਾਣ ਭਰਦੀ ਹੈ ਯਾਤਰੀ ਸਮੇਂ ਸਰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਗਏ ਤੇ ਉਹਨਾਂ ਦੀ ਚੈਕਿੰਗ ਵੀ ਕੀਤੀ ਗਈ ਸਪਾਈਸ ਜੈਟ ਦੀ ਫਲਾਈਟ ਰਾਤ 10:23 ਤੇ ਅੰਮ੍ਰਿਤਸਰ ਪਹੁੰਚੀ ਪਰ ਬਾਪਸੇ ਲਈ ਉਡਾਣ ਨਹੀਂ ਪਾੜ ਸਕੀ ਸ਼ੁਰੂਆਤ ਤੋਂ ਯਾਤਰੀਆਂ ਨੂੰ ਕੁਝ ਨਹੀਂ ਦੱਸਿਆ ਗਿਆ ਪਰ ਬਾਅਦ ਵਿੱਚ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਯਾਤਰੀਆਂ ਨੇ ਦੱਸਿਆ ਕਿ ਸਪਾਈਸ ਜੈਟ ਦੇ ਗਰਾਊਂਡ ਸਟਾਫ ਵੱਲੋਂ ਰਾਤ ਸਮੇਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਜਲਦੀ ਹੀ ਅਹਮਦਾਬਾਦ ਲਈ ਫਲਾਈਟ ਦਾ ਪ੍ਰਬੰਧ ਕੀਤਾ ਜਾਵੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਹਵਾਈ ਅੱਡੇ ਤੇ ਉਦੋਂ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਮਗਰੋਂ 에어ਪੋਰਟ ਤੇ ਤੁਰੰਤ ਉਡਾਣਾ ਰੋਕ ਦਿੱਤੀਆਂ ਗਈਆਂ ਅਤੇ ਮੇਨ ਟਰਮੀਨਲ ਖਾਲੀ ਕਰਵਾ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਰਿਆ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਹਮਲਾਵਾਰ ਨੇ ਇਸ ਵਾਰ ਦਾਤ ਨੂੰ ਇਕੱਲੇ ਹੀ ਅੰਜਾਮ ਦਿੱਤਾ ਉਸ ਕੋਲੋਂ ਇੱਕ ਗਨ ਬਰਾਮਦ ਕੀਤੀ ਗਈ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਨੂੰ ਸਿਕਿਉਰਿਟੀ ਚੈੱਕਪੁਆਇੰਟ ਤੇ ਹਥਿਆਰ ਸਣੇ ਫੜ ਲਿਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਹਵਾਈ ਅੱਡੇ ਤੇ ਹੜਕੰਪ ਮਚ ਗਿਆ ਲੋਕ ਡਰ ਕੇ ਇੱਧਰ ਉੱਧਰ ਭੱਜਣ ਲੱਗ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਸਨੇ ਕੈਨਬਰਾ ਹਵਾਈ ਅੱਡੇ ਦੇ ਮੁੱਖ ਟਰਮੀਨਲ ਭਵਨ ਵਿੱਚ ਗੋਲੀਬਾਰੀ ਦੀ ਘਟਨਾ ਮਗਰੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਹਥਿਆਰ ਵੀ ਬਰਾਮਦ ਹੋਇਆ ਪੁਲਿਸ ਇਸ ਘਟਨਾ ਲਈ ਕੇਵਲ ਇੱਕ ਵਿਅਕਤੀ ਨੂੰ ਹੀ ਜ਼ਿੰਮੇਵਾਰ ਮੰਨ ਰਹੀ ਹੈ ਅਤੇ ਉਸ ਵੱਲੋਂ ਸੀਸੀਟੀਵੀ ਫੁਟੇਜ ਚੰਗੀ ਤਰ੍ਹਾਂ ਖੰਗਾਲੀ ਜਾ ਰਹੀ ਹੈ ਆਸਟ੍ਰੇਲੀਆ ਦੇ ਕੈਨਬਰਾ ਹਵਾਈ ਅੱਡੇ ਨੂੰ ਐਤਵਾਰ ਨੂੰ ਇੱਕ ਬੰਦੂਕਦਾਰੀ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ ਕਿਸੇ ਦੇ ਜ਼ਖਮੀ ਹੋਣ ਦੀ ਉਦੋਂ ਕੋਈ ਰਿਪੋਰਟ ਨਹੀਂ ਸੀ ਹਾਲਾਂਕਿ ਹੁਣ ਹਵਾਈ ਅੱਡੇ ਤੋਂ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਨੇ 에어ਪੋਰਟ ਪ੍ਰਸ਼ਾਸਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਪੁਲਿਸ ਹਵਾਈ ਅੱਡੇ ਦੇ ਅੰਦਰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਰਹੀ ਹੈ। ਹਵਾਈ ਅੱਡੇ ਦੇ ਬਾਹਰ ਮੀਡੀਆ ਅਤੇ ਦਰਸ਼ਕ ਵੀ ਖਾਲੀ ਹੋਣ ਤੋਂ ਬਾਅਦ ਇਕੱਠੇ ਹੋ ਗਏ। ਇਸ ਘਟਨਾ ਕਾਰਨ ਉਡਾਣਾਂ ਵਿੱਚ ਦੇਰੀ ਹੋਈ ਸੀ ਅਤੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਹੜੀਆਂ ਹੁਣ ਬਹਾਲ ਕਰ ਦਿੱਤੀਆਂ ਗਈਆਂ ਨੇ। ਕੋਰੋਨਾ ਕਾਰਨ ਘਰ ਪਰਤਣ ਲਈ ਮਜਬੂਰ ਹੋਏ 20 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਚੀਨ ਤਿੰਨ ਸਾਲ ਤੋਂ ਵਾਪਸੀ ਦਾ ਵੀਜ਼ਾ ਨਹੀਂ ਦੇ ਰਿਹਾ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮਾਰਚ ਮਹੀਨੇ ਵਿੱਚ ਹੋਈ ਸਹਿਮਤੀ ਦੇ ਬਾਵਜੂਦ ਚੀਨ ਕਈ ਤਰ੍ਹਾਂ ਦੇ ਅੜਿੱਕੇ ਲਾ ਕੇ ਮਾਮਲੇ ਨੂੰ ਲਟਕਾ ਰਿਹਾ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਚੀਨ ਦੇ ਆਪਣੇ ਹਮਰਤਵਾ ਵਾਂਗ ਈ ਦੀ 25 ਮਾਰਚ ਨੂੰ ਭਾਰਤ ਯਾਤਰਾ ਸਮੇਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਚੁੱਕਿਆ ਸੀ ਵਾਂਗ ਨੇ ਸਹਿਮਤੀ ਦਿੱਤੀ ਸੀ ਕਿ ਵਿਦਿਆਰਥੀਆਂ ਨੂੰ ਪੜਾਅ ਵਧ ਟਾਂਗ ਨਾਲ ਵਾਪਸ ਸੱਦਿਆ ਜਾਏਗਾ ਉਸ ਤੋਂ ਬਾਅਦ ਚੀਨ ਨੇ ਭਾਰਤੀ ਐਮਬੈਸੀ ਤੋਂ ਵਿਦਿਆਰਥੀਆਂ ਦੀ ਸੂਚੀ ਮੰਗੀ ਸੂਚੀ ਮਿਲਣ ਤੋਂ ਬਾਅਦ ਚੀਨ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਵਾਪਸ ਕੀਤਾ ਕਿ ਇਸ ਵੇਚ ਉਹਨਾਂ ਵਿਦਿਆਰਥੀਆਂ ਦੀ ਅਲੱਗ-ਅਲੱਗ ਸੂਚੀ ਦਿੱਤੀ ਜਾਵੇ ਜਿਨ੍ਹਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਭਾਰਤ ਸਰਕਾਰ ਨੇ ਪਹਿਲੇ ਦੂਜੇ ਤੀਜੇ ਅਤੇ ਚੌਥੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਸੂਚੀਆਂ ਦਿੱਤੀਆਂ ਪਰ ਹੁਣ ਚੀਨ ਇਹਨਾਂ ਵਿੱਚੋਂ ਕੇਵਲ 1% ਸਟੂਡੈਂਟਸ ਦੀ ਵਾਪਸੀ ਇਹ ਰਾਜ਼ੀ ਹੋ ਰਿਹਾ ਹੈ ਪਾਬ ਜੋ ਵਿਦਿਆਰਥੀ 3 ਸਾਲ ਪਹਿਲਾਂ ਚੀਨ ਵਿੱਚ ਪੜਾਈ ਕਰ ਰਹੇ ਸੀ ਉਹਨਾਂ ਵਿੱਚੋਂ ਕੇਵਲ 1 ਫੀਸ ਦੀ ਵਿਦਿਆਰਥੀਆਂ ਦੀ ਵਾਪਸੀ ਸੰਭਵ ਹੈ ਦਰਅਸਲ ਕਰੋਨਾ ਫੈਲਣ ਮਗਰੋਂ ਚੀਨ ਨੇ 5 ਲੱਖ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਸੀ ਹੁਣ ਹੋਰ ਮੁਲਕਾਂ ਦੇ ਵਿਦਿਆਰਥੀਆਂ ਨੂੰ ਵਾਪਸ ਲੈ ਲਿਆ ਪਰ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਨਹੀਂ ਕਰਵਾ ਰਿਹਾ ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲੌਗ ਜੋ ਇਕੱਲੇ ਭਾਰਤ ਤੋਂ 2022 ਵਿੱਚ 5 ਲੱਖ ਨੂੰ ਪਕੜਨ ਦੀ ਉਮੀਦ ਹੈ ਨੇ ਇਨਕਾਰ ਕਰਨ ਦੀ ਦਰ ਉੱਚੀ ਕਰ ਦਿੱਤੀ ਹੈ ਇਹ ਰੁਝਾਨ ਜੋ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇ ਨਾਲ ਉੱਭਰਿਆ ਹੈ ਨੇ ਬਹੁਤ ਸਾਰੇ ਬਿਨੇਕਾਰਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਜਨਾ ਵਿੱਚ ਉੱਚ ਆਇਲਜ਼ ਸਕੋਰ ਵਾਲੇ ਵੀ ਸ਼ਾਮਲ ਨੇ ਪੰਜਾਬ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਰਾਸ਼ ਤੇ ਵਿਨੇਕਾਰਾਂ ਨੇ ਸਾਰੀਆਂ ਵੀਜ਼ਾ ਅਰਜ਼ੀਆਂ ਵਿੱਚ ਯੋਗਦਾਨ ਲਗਭਗ 65% ਹੈ ਇਹਨਾਂ ਸਾਰੀਆਂ ਅਰਜ਼ੀਆਂ ਨੂੰ ਰੱਦ ਹੋਣ ਦਾ ਕਾਰਨ ਕੀ ਹੈ ਜਿਵੇਂ ਕਿ ਐਪਲੀਕੇਸ਼ਨ ਪ੍ਰੋਸੈਸਿੰਗ ਵਿੱਚ ਇੱਕ ਗੰਭੀਰ ਬੈਕਲੌਗ ਐਪਲੀਕੇਸ਼ਨਾਂ ਦੀ ਵਧ ਰਹੀ ਗਿਣਤੀ ਅਤੇ ਅਸਵੀਕਾਰ ਹੋਣ ਦੀ ਉੱਚ ਦਰ ਆਈਆਰਸੀਸੀ ਦੁਆਰਾ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਵਿਭਾਗ ਸਮੇਸਰ ਉਹਨਾਂ ਤੇ ਕਾਰਵਾਈ ਕਰਨ ਦੇ ਯੋਗ ਨਹੀਂ ਰਿਹਾ ਮਾਹਿਰ ਦੱਸਦੇ ਨੇ ਕਿ ਭਾਰਤ ਤੋਂ ਅਰਜ਼ੀਆਂ ਦਾ ਬੈਕਲੌਗ 2021 ਵਿੱਚ 4 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ 2022 ਵਿੱਚ 5 ਲੱਖ ਦੇ ਅੰਕੜੇ ਨੂੰ ਛੂਹਣ ਦੀ ਉਮੀਦ ਹੈ ਇਨ੍ਹਾਂ ਅਰਜ਼ੀਆਂ ਵਿੱਚ ਪੰਜਾਬ ਦਾ ਯੋਗਦਾਨ 60 ਤੋਂ 65% ਹੈ ਆਪਣੇ ਸਲਾਹਨਾ ਟੀਚੇ ਦੁਆਰਾ ਸੇਧਿਤ ਆਈਆਰਟੀਸੀ ਕੇਈ ਅਰਜ਼ੀਆਂ ਨੂੰ ਰੱਦ ਕਰ ਰਿਹਾ ਅਤੇ ਵਧ ਰਹੇ ਬੈਕਲੌਗ ਨੂੰ ਜਾਰੀ ਰੱਖਣ ਵਿੱਚ ਅਸਮਰਥ ਹੈ ਮਾਇਰਾ ਨੇ ਕਿਹਾ ਕਿ 1-2 ਸਾਲਾਂ ਵਿੱਚ ਇਨਕਾਰ ਕਰਨ ਦੀ ਦਰ ਆਪਣੇ ਆਪ ਹੀ ਠਾਂ ਚਲੀ ਜਾਏਗੀ ਉਹਨਾਂ ਨੇ ਕਿਹਾ ਕਿ ਅਧਿਕਾਰੀ ਆਈਜ਼ ਬੈਂਡ ਸਕੋਰਾਂ ਤੇ ਅਕਾਦਮਿਕ ਰਿਕਾਰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰਸ ਨੂੰ ਵੀ ਦੇਖਦੇ ਹਨ ਤੇ ਕਾਲਜ ਦੇ ਵਿਦਿਆਰਥੀਆਂ ਦੀ ਚੋਣ ਕਰ ਰਹੇ ਨੇ ਸਲਾਹਕਾਰਾਂ ਨੇ ਮੁਕਤ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਟੋਰਾਂਟੋ ਵਰਗੇ ਭੀੜ-ਪੜੱਕੇ ਵਾਲੇ ਸ਼ਹਿਰਾਂ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ ਮਾਇਰਾ ਨੇ ਕਿਹਾ ਕਿਉਂਕਿ ਪੰਜਾਬ ਤੋਂ ਅਰਜ਼ੀਆਂ ਹਰ ਸਾਲ ਜ਼ਿਆਦਾ ਹੁੰਦੀਆਂ ਨੇ ਇਸ ਲਈ ਰਾਸ਼ਟਰੀ ਉਮੀਦਵਾਰਾਂ ਲਈ ਅਸਵੀਕਾਰ ਦਰ 60% ਤੱਕ ਵਧਣ ਦੀ ਉਮੀਦ ਹੈ ਪਰ ਦੇਸ਼ ਪਾਰ ਦੇ ਉਮੀਦਵਾਰਾਂ ਲਈ ਇਹ ਦਰ 45% ਦੇ ਕਰੀਬ ਰਹਿ ਜਾਏਗੀ ਯੂਕੇ ਵਿੱਚ ਦਾਖਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗੈਰ ਕਾਨੂੰਨੀ ਢੰਗ ਅਪਣਾਉਂਦੇ ਨੇ ਜਿਸ ਵਿੱਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕਰਨਾ ਵੀ ਸ਼ਾਮਲ ਹੈ ਇਸ ਸੰਬੰਧੀ ਰੱਖਿਆ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 20000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ 'ਚ ਇੰਗਲਿਸ਼ ਚੈਨਲ ਨੂੰ ਪਾਰ ਕਰ ਚੁੱਕੇ ਨੇ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ 607 ਪ੍ਰਵਾਸੀਆਂ ਨੇ 14 ਕਿਸ਼ਤੀਆਂ 'ਚ ਕ੍ਰਾਸਿੰਗ ਕੀਤੀ 2021 'ਚ 28526 ਗੈਰ ਕਾਨੂੰਨੀ ਕ੍ਰਾਸਿੰਗ ਦਾ ਰਿਕਾਰਡ ਸੀ ਅਤੇ ਪਿਛਲੇ ਸਾਲ ਇਸ ਤੱਕ ਕੇਵਲ 11300 ਤੋਂ ਵੱਧ ਲੋਕ ਦਾਖਲ ਹੋਏ April ਚ UK ਸਰਕਾਰ ਨੇ ਇਨਾ ਪ੍ਰਵਾਸੀਆਂ ਨੂੰ ਰੋਕਣ ਲਈ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਅਤੇ ਇਸ ਸਾਲ ਦੇ ਸ਼ੁਰੂ ਚ ਕੁਝ ਲੋਕਾਂ ਨੂੰ ਰਵਾਂਡਾ ਲਈ 4000 ਮੀਲੇ ਲਈ 14 ਜੂਨ ਦੇ ਇੱਕ ਫਲਾਈਟ ਬੁੱਕ ਕੀਤੀ ਗਈ ਸੀ ਹਾਲਾਂਕਿ ਕਈ ਕਾਨੂੰਨੀ ਚੁਣੌਤੀਆਂ ਤੇ ਮਨੁੱਖੀ ਅਧਿਕਾਰਾਂ ਦੀ ਯੂਰੋਪੀਅਨ ਅਦਾਲਤ ਦੇ ਫੈਸਲੇ ਤੋਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਐਮਓਡੀ ਦੇ ਅਨੁਸਾਰ ਪਿਛਲੇ ਹਫ਼ਤੇ 1694 ਦੇ ਨਾਲ ਇਸ ਮਹੀਨੇ ਹੁਣ ਤੱਕ ਦੀਆਂ 3618 ਗੈਰ ਕਾਨੂੰਨੀ ਕ੍ਰੋਸਿੰਗਸ ਦਾ ਪਤਾ ਲਗਾਇਆ ਗਿਆ ਤੇ ਇਸ ਸਾਲ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ 1 ਅਗਸਤ ਨੂੰ ਰਿਕਾਰਡ ਕੀਤਾ ਗਿਆ ਸੀ ਜਦੋਂ 14 ਕਿਸ਼ਤੀਆਂ 'ਚ 696 ਲੋਕਾਂ ਨੇ ਚੈਨਲ ਨੂੰ ਪਾਰ ਕੀਤਾ ਸੀ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਭਾਰਤ ਵਾਸੀਆਂ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਵਧਾਈ ਦਿੱਤੀ ਹੈ ਵਾਈਡਨ ਨੇ ਕਿਹਾ ਕਿ ਉਹ ਭਾਰਤ ਦੀ ਲੋਕਤੰਤਰੀ ਯਾਤਰਾ ਦੇ ਸਨਮਾਨ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਨੇ ਅਤੇ ਦੋਵੇਂ ਦੇਸ਼ ਲਾਜ਼ਮੀ ਭਾਈਵਾਲ ਨੇ ਵਾਈਡਨ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 40 ਲੱਖ ਭਾਰਤੀ ਅਮਰੀਕੀਆਂ ਸਮੇਤ ਦੁਨੀਆ ਭਰ ਦੇ ਲੋਕ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਹੇ ਨੇ ਅਮਰੀਕਾ ਮਹਾਤਮਾ ਗਾਂਧੀ ਦੇ ਸੱਚਾਈ ਅਤੇ ਅਹਿੰਸਾ ਦੇ ਸਥਾਈ ਸੰਦੇਸ਼ ਨਾਲ ਨਿਰਦੇਸ਼ਿਤ ਭਾਰਤ ਦੀ ਲੋਕਤੰਤਰੀ ਯਾਤਰਾ ਦੇ ਸਨਮਾਨ ਵਿੱਚ ਉਸਦੇ ਲੋਕਾਂ ਦੇ ਨਾਲ ਹੈ ਬਾਈਡਨ ਨੇ ਕਿਹਾ ਕਿ ਇਸ ਸਾਲ ਅਸੀਂ ਆਪਣੇ ਮਹਾਨ ਲੋਕਤੰਤਰਾਂ ਵਿਚਾਰਕ ਕੂਟਨੀਤਿਕ ਸੰਬੰਧਾਂ ਦੀ 75ਵੀਂ ਵਰੇਗੰਡ ਮਨਾ ਰਹੇ ਹਾਂ ਭਾਰਤ ਅਤੇ ਅਮਰੀਕਾ لازਮੀ ਸਾਂਝੇਦਾਰ ਨੇ ਅਤੇ ਅਮਰੀਕਾ ਭਾਰਤ ਰਣਨੀਤਿਕ ਪਾਈਵਾਲ ਕਾਨੂੰਨ ਦੇ ਰਾਜ ਅਤੇ ਮਨੁੱਖੀ ਆਜ਼ਾਦੀ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨ ਦੀ ਸਾਡੀ ਸਾਂਝੀ ਬਚਨਵੱਦਤਾ ਤੇ ਟਿਕੀ ਹੈ ਸਾਡੀ ਸਾਂਝੇਦਾਰੀ ਦੋਵਾਂ ਦੇਸ਼ਾਂ ਦੇ ਡੂਗੇ ਸੰਬੰਧਾਂ ਨਾਲ ਹੋਰ ਮਜ਼ਬੂਤ ਹੋਈ ਹੈ ਅਮਰੀਕਾ ਵਿੱਚ ਜੀਵੰਤ ਭਾਰਤੀ ਅਮਰੀਕੀ ਪਾਈ ਜਾ ਰਹੇ ਨੇ ਸਾਨੂੰ ਇੱਕ ਹੋਰ ਨਵੀਨ ਇਤਿਹਾਸ ਭਵष्य ਤੇ ਮਜ਼ਬੂਤ ਦੇਸ਼ ਬਣਾਇਆ ਉਹਨਾਂ ਨੇ ਭਰੋਸਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਦੋਵੇਂ ਲੋਕਤੰਤਰ ਤेश ਨਿਯਮ ਅਧਾਰਿਤ ਬਵਸਥਾ ਦੀ ਰੱਖਿਆ ਵਿਦੇਸ਼ਾਂਤੀ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਇੱਕ ਆਜ਼ਾਦ ਅਤੇ ਖੁੱਲੇ ਇੰਡੋ ਪੈਸਿਫਿਕ ਖੇਤਰ ਨੂੰ ਯਕੀਨੀ ਬਣਾਉਣ ਅਤੇ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇਕਜੁੱਟ ਰਹਿਣਗੇ ਅਮਰੀਕੀ ਸੰਸਦ ਮੈਂਬਰ ਦਾ ਇੱਕ ਪ੍ਰਤੀਨਿਧਿਤ ਮੰਡਲ ਨੁਮਾਇੰਦਿਆਂ ਦੀ ਸਭ ਦੀ ਸਪੀਕਰ ਨੈਂਸੀ ਪੈਲੂਸੀ ਦੀ ਯਾਤਰਾ ਦੇ 12 ਦਿਨ ਬਾਅਦ ਤਾਈਬਾਂ ਦਾ ਦੌਰਾ ਕਰ ਰਿਹਾ ਹੈ ਪੈਲੋਸੀਟੀ ਦੇ ਦੌਰੇ ਤੇ ਚੀਨ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਸੀ ਪੈਲੋਸੀਟੀ ਦੇ ਦੌਰੇ ਦੇ ਜਵਾਬ ਵਿੱਚ ਚੀਨ ਨੇ ਤਾਈਵਾਨ ਦੇ ਸਮੁੰਦਰ ਅਤੇ ਹਵਾਈ ਖੇਤਰ ਦੇ ਨੇੜੇ ਮਿਜ਼ਾਈ ਲਾਂਦਾਗੀਆਂ ਸਨ ਜੰਗੀ ਬੇੜੀਆਂ ਅਤੇ ਲੜਾਕੂ ਜਹਾਜ਼ ਭੇਜੇ ਸਨ ਤਾਈਵਾਨ ਚ ਅਮਰੀਕਨ ਇੰਸਟੀਚਿਊਟ ਨੇ ਕਿਹਾ ਕਿ ਪੰਜ ਮੈਂਬਰੀ ਪ੍ਰਤੀਨਿਧੀ ਮੰਡਲ ਦੀ ਅਕਵਾਈ ਮਾਸਾਚੂਸੈਟਸ ਦੇ ਡੈਮੋਕ੍ਰੈਟਿਕ ਸੰਸਦ ਮੈਂਬਰ ਐਡਮਾਰਕੇ ਕਰ ਰਹੇ ਨੇ ਅਤੇ ਏਸ਼ੀਆ ਦੀ ਯਾਤਰਾ ਤਹਿਤ ਐਤਵਾਰ ਅਤੇ ਸੋਮਵਾਰ ਨੂੰ ਤਾਈਵਾਨ ਚ ਨੇ ਪ੍ਰਤੀਨਿਧਿਤ ਮੰਡਲ ਦੇ ਮੈਂਬਰ ਅਮਰੀਕਾ ਤਾਈਵਾਨ ਸੰਬੰਧਾਂ ਖੇਤਰ ਸੁਰੱਖਿਆ ਵਪਾਰ ਨਿਵੇਸ਼ ਅਤੇ ਹੋਰ ਮੁੱਦਿਆਂ ਤੇ ਚਰਚਾ ਕਰਨ ਲਈ ਸੀਨੀਅਰ ਨਾਗਰਿਕਾਂ ਨਾਲ ਮੁਲਾਕਾਤ ਕਰਨਗੇ ਤਾਈਬਾਨ ਦੇ ਇੱਕ ਪ੍ਰਸਾਰਕ ਨੇ ਅਮਰੀਕੀ ਸਰਕਾਰ ਦੇ ਇੱਕ ਜਹਾਜ਼ ਦੇ ਸ਼ਾਮ 7 ਵਜੇ ਦੇ ਕਰੀਬ ਤਾਈਬਾਨ ਦੀ ਰਾਸ਼ਤਾ ਨੇ ਤਾਈਪੇ ਵਿੱਚ ਸ਼ੋਕਸ਼ਾਨ ਹਵਾਈ ਅੱਡੇ ਤੇ ਉਤਰਨ ਦੀ ਵੀਡੀਓ ਪ੍ਰਦਰਸ਼ਿਤ ਕੀਤੀ ਚੀਨ ਤਾਈਬਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਦੂਜੇ ਦੇਸ਼ਾਂ ਨਾਲ ਕਿਸੇ ਤਰ੍ਹਾਂ ਦੇ ਸੰਪਰਕ ਤੇ ਸਖਤ ਇਤਰਾਜ਼ ਜਤਾਉਂਦਾ ਹੈ ਟਾਈਬਾਨ ਸਟ੍ਰੇਟ ਵਿੱਚ ਤਣਾਅ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਚੀਨ ਦੀ ਕਮਿਊਨਨਿਸਟ ਪਾਰਟੀ ਨੇ ਇੱਕ ਵਾਈਟ ਪੇਪਰ ਜਾਰੀ ਕਰਕੇ ਟਾਈਬਾਨ ਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਅਮਰੀਕਾ ਨੇ ਵੀ ਟਾਈਬਾਨ ਜਲਦ ਮਦਮੂਲੀ ਚ ਖੁੱਲ੍ਹੀ ਆਵਾਜ਼ਾਈ ਨੂੰ ਲੈ ਕੇ ਆਪਣੀ ਵਚਨਬੱਧਤਾ ਦਿਖਾਈ ਹੈ ਇਸ ਨਾਲ ਖਿੱਤੇ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਆਉਣ ਵਾਲੇ ਹਫ਼ਤਿਆਂ ਵਿੱਚ ਟਾਈਬਾਨ ਸਟ੍ਰੇਟ ਦੇ ਪਾਰ ਮੁਫਤ ਹਵਾ ਅਤੇ ਸਮੁੰਦਰੀ ਆਵਾਜਾਈ ਦੀ ਆਗਿਆ ਦੇਣ ਲਈ ਤਿਆਰ ਹੈ ਨਿਊਜ਼ ਏਜੰਸੀ ਏਐਨਆਈ ਨੇ ਅਲ ਜਜ਼ੀਰਾ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਵਾਈਟ ਹਾਊਸ ਦੇ ਏਸ਼ੀਆਈ ਪ੍ਰਸ਼ਾਂਤ ਮਾਮਲਿਆਂ ਦੇ ਕੋਆਰਡੀਨੇਟਰ ਅਤੇ ਰਾਸ਼ਟਰਪਤੀ ਜੋ ਵਾਈਡਨ ਦੇ ਸਲਾਹਕਾਰ ਕਰਟ ਕੈਂਪ ਬੈਲ ਨੇ ਕਿਹਾ ਕਿ ਚੀਨ ਨਾਲ ਚੱਲ ਰਹੇ ਤਣਾਅ ਦੇ باوجود ਅਮਰੀਕਾ ਨੈਵੀਗੇਸ਼ਨ ਦੀ ਆਜ਼ਾਦੀ ਦਾ ਸਨਮਾਨ ਕਰਨਾ ਜਾਰੀ ਰੱਖੇਗਾ ਖੇਤਰ ਲਈ ਪੂਰੀ ਤਰ੍ਹਾਂ ਬਚਨਵੱਧ ਵੀ ਹੈ ਸੰਯੁਕਤ ਰਾਜ ਅਮਰੀਕਾ ਅੰਤਰਰਾਸ਼ਟਰੀ ਕਾਨੂੰਨ ਸਮੁੰਦਰੀ ਸਫਰ ਅਤੇ ਸਮੁੰਦਰੀ ਸਫਰ ਦੇ ਅਧੀਨ ਖੇਤਰ ਵਿੱਚ ਕੰਮ ਕਰਨਾ ਜਾਰੀ ਰੱਖੇਗਾ ਇਸ ਵਿੱਚ ਤਾਈਬਾਂਸ ਟ੍ਰੇਟ ਰਾਹੀਂ ਹਵਾਈ ਅਤੇ ਸਮੁੰਦਰੀ ਆਵਾਜਾਈ ਵੀ ਸ਼ਾਮਲ ਹੈ ਅਮਰੀਕਾ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਕੀਤਾ ਜਾਏਗਾ ਤਾਜ਼ਾ ਸਥਿਤੀ ਤੇ ਚੀਨੀ ਮਾਇਰਾਂ ਦਾ ਕਹਿਣਾ ਹੈ ਕਿ ਅਮਰੀਕਾ ਇਨਾ ਕਦਮਾਂ ਰਾਹੀਂ ਸਿੱਧੇ ਤੌਰ ਤੇ ਚੀਨ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ ਚੀਨੀ ਵਿਸ਼ਲੇਸ਼ਕ ਐਂਡਰਿਊ ਲਿੰਗ ਨੇ ਕਿਹਾ ਕਿ ਤਾਇਬਾਨ ਤੇ ਅਮਰੀਕਾ ਦਾ ਕਦਮ ਚੀਨ ਪ੍ਰਤੀਯੋਗਤਾ ਅਧਿਕਾਰਤ ਨੀਤੀ ਦੇ ਖਿਲਾਫ ਹੈ ਅਮਰੀਕਾ ਨੇ ਸੀਨੀਅਰ ਅਮਰੀਕੀ ਅਧਿਕਾਰੀਆਂ ਨੂੰ ਤਾਇਬਾਨ ਭੇਜ ਕੇ ਇਸ ਨੀਤੀ ਨੂੰ ਖੋਖਲਾ ਕਰਨ ਦਾ ਕੰਮ ਕੀਤਾ ਹੈ ਐਂਡਰਿਊ ਲਿੰਗ ਨੇ ਕਿਹਾ ਕਿ ਜਿਵੇਂ ਦੌਰੇ ਤਾਇਬਾਨ ਨੂੰ ਇੱਕ ਵੱਖਰੇ ਦੇਸ਼ ਵਜੋਂ ਕੂਟਨੀਤਿਕ ਥਾਂ ਦਿੰਦੇ ਨੇ ਇਹ ਜਾਣਿਆ ਜਾਂਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਨੇ ਤਾਇਬਾਨ ਦੇ ਆਲੇ-ਦੁਆਲੇ ਆਪਣਾ ਸਭ ਤੋਂ ਵੱਡਾ ਫੌਜੀ ਅਭਿਆਸ ਕੀਤਾ ਜੋ ਕਿ ਅਮਰੀਕੀ ਸਦਨ ਦੇ ਸਪੀਕਰ ਡੈਨਸੀ ਪਿਲੋਸਟੀ ਦੇ ਦੌਰੇ ਤੋਂ ਉਤਸ਼ਾਹਿਤ ਹੈ ਚੀਨ ਤਾਇਬਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਪਰ ਤਾਇਬਾਨ ਲਗਾਤਾਰ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਭਾਰਤੀ ਮੋਲ ਦੇ ਅਮਰੀਕੀ ਅਤੇ ਦਿਵਾਸ ਕੰਪਨੀ ਦੇ ਬਾਨੀ ਰਾਮਚੰਦਰਨ ਵਿਸ਼ਵਨਾਥਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸਮੇਤ 11 ਭਾਰਤੀਆਂ ਖਿਲਾਫ ਭ੍ਰਿਸ਼ਟਾਚਾਰ ਤੇ ਮਨੁੱਖੀ ਹੱਕਾਂ ਦੇ ਘਾਣ ਤੇ ਦੋਸ਼ ਲਗਾਉਂਦਿਆਂ ਆਰਥਿਕ ਤੇ ਵੀਜ਼ਾ ਪਾਬੰਦੀਆਂ ਲਗਾਉਣ ਦੀ ਮੰਗ ਕਰ ਦਿੱਤੀ ਹੈ ਉਨ੍ਹਾਂ ਨੇ ਇਸ ਸਬੰਧ ਵਿੱਚ ਗਲੋਬਲ ਮੈਗਨੇਟਿਸਕੀ ਹਿਊਮਨ ਰੌਇਡਸ ਅਕਾਉਂਟੇਬਿਲਟੀ ਐਕਟ ਤਹਿਤ ਅਮਰੀਕੀ ਵਿਦੇਸ਼ ਵਿਭਾਗ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਹੈ ਇਹ ਪਟੀਸ਼ਨ ਭਾਰਤ ਸਰਕਾਰ ਅਤੇ ਦਿਵਾਸ ਵਿਚਕਾਰ ਚੱਲ ਰਹੀ جنگ ਦਾ ਹਿੱਸਾ ਹੈ ਜਿਸ ਤਹਿਤ ਸਮਝੌਤਾ ਕਰਵਾਉਣ ਲਈ 1 ਅਰਬ ਡਾਲਰ ਦੀ ਮੰਗ ਕੀਤੀ ਗਈ ਹੈ ਸਿਤਾ ਰਾਮਨ ਤੋਂ ਇਲਾਵਾ ਐਂਟ੍ਰਿਕਸ ਦੇ ਸੀਈਓ ਰਕੇਸ਼ ਸੁਪਰੀਮ ਕੋਰਟ ਦੇ ਦੋ ਜੱਜਾਂ ਆਸ਼ੀਸ਼ 파ਰਕ ਸੰਜੇ ਕੁਮਾਰ ਮਿਸ਼ਰਾ ਆਰ ਰਾਜੇਸ਼ ਅਤੇ ਏਸ ਦੀਗ ਮੁਹੰਮਦ ਨਾਈਜ਼ਨ ਨਾਰ ਖਿਲਾਫ ਵੀ ਪਟੀਸ਼ਨ ਦਾਖਲ ਕੀਤੀ ਗਈ ਹੈ ਐਕਟ ਅਮਰੀਕੀ ਸਰਕਾਰ ਨੂੰ ਉਹਨਾਂ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਅਤੇ ਆਗੂਆਂ ਖਿਲਾਫ ਪਾਬੰਦੀ ਲਗਾਉਣ ਦਾ ਅਧਿਕਾਰ ਦਿੰਦਾ ਹੈ ਜੋ ਗੰਭੀਰ ਮਨੁੱਖੀ ਹੱਕਾਂ ਦੀ ਉਲੰਘਣਾ ਕਰਦੇ ਨੇ ਅਜਿਹੇ ਆਗੂਆਂ ਦੇ ਅਸਾਸੇ ਜ਼ਬਤ ਕਰਨ ਦੇ ਨਾਲ ਉਹਨਾਂ ਦੇ ਅਮਰੀਕਾ 'ਚ ਦਾਖਲੇ ਤੇ ਪਾਬੰਦੀ ਲੱਗ ਸਕਦੀ ਹੈ ਵਿੱਤ ਮੰਤਰੀ ਸਿਤਾ ਰਾਮਨ ਨੇ ਪਾਵੇ ਇਸ ਕਾਰੇ ਲਈ ਪਿਛਲੀ ਕਾਂਗਰਸ ਸਰਕਾਰ ਤੇ ਦੋਸ਼ ਮੜਿਆ ਹੈ ਅਤੇ ਕਿਹਾ ਕੇ ਕੇਂਦਰ ਕੋ ਮੰਤਰੀ ਸਾਲਜੀ ਫੈਲਸੇ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਤੇ ਚੁਣੌਤੀ ਦੇਗਾ ਜਿਸ ਨੇ ਕੌਮੀ ਕੰਪਨੀ ਲਾ ਟ੍ਰਿਬਿਊਨਲ ਦੇ ਹੁਕਮਾਂ ਨੂੰ ਬਹਾਲ ਰੱਖਦਿਆਂ ਪ੍ਰੋਮੋਟਰਜ਼ ਨੂੰ ਕੰਪਨੀ ਸਮੀਟ ਲੈਣ ਲਈ ਆਖਿਆ ਸੀ ਕਿਉਂਕਿ ਐਂਟਰੋਕਸ ਨਾਲ ਸਮਝੌਤੇ 'ਚ ਕਾਪਲਾ ਹੋਇਆ ਸੀ ਤੇ ਯੂਪੀਏ ਸਰਕਾਰ ਵੱਲੋਂ ਦਿਵਾਸ ਅਤੇ ਇਸਰੋ ਦੀ ਕੰਪਨੀ ਐਂਟਰੋਕਸ ਵਿਚਕਾਰ ਹੋਈ ਸੌਦੇ ਨੂੰ ਰੱਦ ਕਰਨ ਮਗਰੋਂ ਨਿਵੇਸ਼ਕਾਂ ਨੇ ਕੁਮੰਤਰੀ ਸਾਲਸ ਵਿੱਚ ਤਿੰਨ ਕੇਸ ਕੀਤੇ ਸਨ ਭਾਰਤੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾਉਂਦੇ ਹੋਏ ਆਜ਼ਾਦੀ ਕਾਮ੍ਰਿਤ ਮਹੌਤਸਵ ਤਹਿਤ ਭਾਰਤ ਵਿੱਚ ਹਰ ਕਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਸੀ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਭਾਰਤੀ ਸੁਤੰਤਰਤਾ ਦਿਵਸ ਮਨਾਇਆ ਗਿਆ ਅਜਿਹਾ ਹੀ ਨਜ਼ਾਰਾ ਦੁਬਈ ਦੇ ਇੱਕ ਮਾਲ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਆਜ਼ਾਦੀ ਦਿਵਸ ਖਾਸ ਤਰੀਕੇ ਨਾਲ ਮਨਾਇਆ ਗਿਆ ਦੁਬਈ ਦੇ ਇੱਕ ਮਾਲ ਵਿੱਚ ਫਲੈਸ਼ ਡਾਂਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਲੋਕ ਦੇਸ਼ ਭਗਤੀ ਦੇ ਗੀਤਾਂ ਤੇ ਨੱਚਦੇ ਰਹੇ ਇਸ ਤਰ੍ਹਾਂ ਉੱਥੇ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਭੀੜ ਲੱਗੀ ਰਹੀ ਭੀੜ ਨੇ ਤਾੜੀਆਂ ਜਾਈਆਂ ਤੇ ਡਾਂਸਰਜ਼ ਨੂੰ ਉਤਸ਼ਾਹਿਤ ਕੀਤਾ ਲੇਖਿਕਾ ਜੇ ਕੇ ਰੌਲਿੰਗ ਨੂੰ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ਤੇ ਹੋਏ ਹਮਲੇ ਦੀ ਨਿੰਦਾ ਕਰਨ ਲਈ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਜ਼ਿਕਰ ਹੋ ਗਿਆ ਕਿ ਰਸ਼ਦੀ ਨੂੰ ਦਾ ਸਨੇਟਿਕ ਵਾਸਫਰੇਸ ਦੀ ਰਚਨਾ ਕਰਨ ਤੋਂ ਬਾਅਦ ਸਾਲਾਂ ਤੱਕ ਇਸਲਾਮੀ ਕੱਟੜਪੰਥੀ ਨਾਲ ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਨਿਊ ਜਰਸੀ ਦੇ ਰਹਿਣ ਵਾਲੇ ਹਾਦੀ ਮਤਾਰ ਨਾਮ ਦੇ ਇੱਕ ਨੌਜਵਾਨ ਨੇ ਪੱਛਮੀ ਨਿਊਯਾਰਕ ਸੂਬੇ ਚ ਆਯੋਜਿਤ ਇੱਕ ਪ੍ਰੋਗਰਾਮ 'ਚ ਸ਼ੁਕਰਵਾਨੂ ਚਾਕੂ ਮਾਰ ਦਿੱਤਾ ਸੀ ਰੌਲਿੰਗ ਨੇ 75 ਸਾਲਾ ਰਸਤੇ ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਭਿਆਨਕ ਸਮਾਚਾਰ ਬਹੁਤ ਪਰੇਸ਼ਾਨ ਮਹਿਸੂਸ ਕਰ ਰਹੀਆਂ ਟਵਿੱਟਰ ਤੇ ਇੱਕ ਵਿਅਕਤੀ ਨੇ ਇਸ ਪੋਸਟ ਨੂੰ ਹੇਠ ਕਮੈਂਟ ਕਰਦੇ ਹੋਏ ਕਿਹਾ ਕਿ ਚਿੰਤਾ ਨਾ ਕਰੋ ਅਗਲਾ ਨੰਬਰ ਤੁਹਾਡਾ ਹੈ ਰੌਲਿੰਗ ਨੇ ਸ਼ਨੀਵਾਰ ਨੂੰ ਟਿੱਪਣੀ ਦਾ ਸਕਰੀਨਸ਼ਾਟ ਸਾਂਝਾ ਕੀਤਾ ਤੇ ਟਵਿੱਟਰ ਸਪੋਰਟ ਨੂੰ ਟੈਗ ਕਰਦੇ ਹੋਏ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਜਾ ਕੇ ਜੀਣਾ ਚਾਹੁੰਦੇ ਨੇ ਅਮਰੀਕੀ ਸੁਪਨੇ ਨੂੰ ਜੀਣਾ ਚਾਹੁੰਦੇ ਨੇ ਪਰ ਅਮਰੀਕੀ ਨੌਜਵਾਨ ਯੂਰਪੀ ਦੇਸ਼ਾਂ ਵੱਲ ਜਾ ਰਹੇ ਨੇ ਇਹ ਇੱਕ ਨਵਾਂ ਰੁਝਾਨ ਹੈ ਕਿਉਂਕਿ ਹੁਣ ਤਾਂ ਅਮਰੀਕਾ ਵਿੱਚ ਸੇਵਾ ਮੁਕਤ ਹੋਏ ਲੋਕ ਇਟਲੀ, ਪੁਰਤਗਾਲ, ਸਪੇਨ, ਗ੍ਰੀਸ ਅਤੇ ਫਰਾਂਸ ਵਰਗੇ ਦੇਸ਼ਾਂ 'ਚ ਜਾ ਕੇ ਵਸਦੇ ਨੇ ਗ੍ਰੀਸ, ਪੁਰਤਗਾਲ, ਇਟਲੀ ਆਦਿ ਦੇਸ਼ਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਅਮਰੀਕੀਆਂ ਦੀ ਗਿਣਤੀ ਵਿੱਚ 45% ਦੀ ਤੱਕ ਦਾ ਵਾਧਾ ਹੋ ਗਿਆ ਅਮਰੀਕੀਆਂ ਦੇ ਆਉਣ ਨਾਲ ਕਈ ਇਟਾਲੀਅਨ ਕੰਪਨੀਆਂ ਦੀ ਆਮਦਨ ਵੀ ਵਧੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸੌਥੀ ਸ੍ਰੀ ਵਿਵਧਾਨ ਸੀਟ ਲਈ 10 ਸਤੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀਆਂ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਲਈ ਮਹਿਲਾਵਾਂ ਨੂੰ ਟਿਕਟ ਦਿੱਤੀ ਹੈ ਇਸਦੇ ਚਲਦਿਆਂ ਗ੍ਰੀਨ ਪਾਰਟੀ ਵੱਲੋਂ ਪੰਜਾਬੀ ਮਟਿਆਰ ਸਿਮਰਨ ਸਰਾਏ ਵਿਧਾਇਕ ਦੀ ਚੋਣ ਲੜੇਗੀ ਜਦਕਿ ਐਂਡੀਪੀ ਨੇ ਪੌਲਨ ਅਤੇ ਲਿਬਰਲ ਪਾਰਟੀ ਨੇ ਅਲਨਰ ਨੂੰ ਆਪਣਾ ਉਮੀਦਵਾਰ ਥਾਪ ਦਿੱਤਾ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਜான் ਹੌਗਨ ਨੇ ਸਾਊਥ ਸਰੀ ਲਈ 10 ਸਤੰਬਰ ਨੂੰ ਜ਼ਿੰਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਤੇ ਉਹਨਾਂ ਨੇ ਇਹਨਾਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ। ਇਸਦੇ ਚਲਦਿਆਂ ਗ੍ਰੀਨ ਪਾਰਟੀ ਨੇ ਸਿਮਰਨ ਸਰਾਏ ਨੂੰ ਆਪਣਾ ਉਮੀਦਵਾਰ ਬਣਾਇਆ। ਅਮਰੀਕਾ ਦੇ ਨੌਜਵਾਨ ਸੁਖਪ੍ਰੀਤ ਸਿੰਘ ਦੀ ਇੰਗਲੈਂਡ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ ਜਾਣਕਾਰੀ ਦੇ ਅਨੁਸਾਰ ਸੁਖਪ੍ਰੀਤ ਸਿੰਘ ਸ਼ੁੱਕਰਵਾਰ ਸਵੇਰੇ M1 ਜਰਨੈਲੀ ਸੜਕ ਤੇ ਵੈਨ ਚਲਾ ਰਿਹਾ ਸੀ ਜਿਸ ਤਰ੍ਹਾਂ ਅਚਾਨਕ ਇੱਕ ਕ੍ਰੇਨ ਨਾਲ ਟੱਕਰ ਹੋ ਗਈ ਖਾਸ ਤੇ ਦੌਰਾਨ ਸੁਖਪ੍ਰੀਤ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਵੈਨ ਵਿੱਚ ਸਵਾਰ ਸਹਾਇਕ ਨੂੰ ਮਾਮਲੇ ਸੱਟਾਂ ਲੱਗੀਆਂ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਮਰਿਤ ਸਰਦਾ ਜੰਪਾਲ ਸੁਖਪ੍ਰੀਤ ਸਿੰਘ ਬੀਤੇ ਕਈ ਵਰਿਆਂ ਤੋਂ ਇੰਗਲੈਂਡ ਦੇ ਵੱਖ-ਵੱਖ ਟੀਵੀ ਚੈਨਲਾਂ ਲਈ ਬਤੌਰ ਕੈਮਰਾਮੈਨ ਵੀ ਕੰਮ ਕਰ ਰਿਹਾ ਸੀ ਉਹ ਆਪਣੇ ਪਿੱਛੇ ਪਤਨੀ ਤੇ ਇੱਕ ਬੇਟੇ ਨੂੰ ਛੱਡ ਗਏ ਨੇ ਮਿਸਰ ਦੇ ਗੀਜ਼ਾ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਚਰਚ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨਿਊਜ਼ ਏਜੰਸੀ ਰਾਈਟਰਸ ਦੀ ਰਿਪੋਰਟ ਦੇ ਮੁਤਾਬਕ ਇਮਵਾਵਾ ਇਲਾਕੇ ਦੇ ਅਬੂ ਸਫਨ ਚਰਚ ਵਿੱਚ 5000 ਲੋਕ ਇਕੱਠੇ ਹੋਏ ਸੀ ਇਸ ਦਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਚਰਚ ਵਿੱਚ ਭਗਦੜ ਮਚ ਗਈ ਸਮਾਚਾਰ ਏਜੰਸੀ ਏਪੀ ਨੇ ਮਿਸਰ ਦੇ ਖੋਪਟਿਕ ਚਰਚ ਦੁਆਰਾ ਸਾਂਝੀ ਕੀਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ਵਿੱਚ ਕਿਹਾ ਕਿ ਕਾਹਿਰਾ ਵਿੱਚ ਐਤਵਾਰ ਨੂੰ ਇੱਕ ਚਰਚ 'ਚ ਅੱਗ ਲੱਗਣ ਕਾਰਨ ਕਟੋ-ਕਟ 41 ਲੋਕ ਮਾਰੇ ਗਏ ਨੇ ਅਤੇ 14 ਹੋਰ ਜ਼ਖਮੀ ਹੋਏ ਨੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਮਬਾਂਬਾ ਦੇ ਸੰਗੜੀ ਆਬਾਦੀ ਵਾਲੇ ਖੇਤਰ ਅਬੂ ਸਫੀਨ ਚਰਚ ਤੋਂ ਸ਼ੁਰੂ ਹੋਈ ਹੈ ਅੱਗ ਲੱਗਣ ਦੇ ਕਾਰਨ ਮਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਨਿਊਯਾਰਕ ਵਿੱਚ ਹੋਏ ਜਾਨ ਲੈਵਾ ਹਮਲੇ ਤੋਂ ਬਾਅਦ 파ਰ蒂 ਮੋਲ ਦੇ ਬ੍ਰਿਟਿਸ਼ ਅਮਰੀਕੀ ਲੇਖਕ ਅਸਲਾਮ ਰਸ਼ਤੀ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਉਹਨਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਤੇ ਇਹ ਦਾਵਾ ਕੀਤਾ ਜਾ ਰਿਹਾ ਕਿ ਉਹ ਬੋਲ ਰਹੇ ਨੇ। ਦੂਜੇ ਪਾਸੇ ਸਲਮਾਨ ਤੇ ਹਮਲਾ ਕਰਨ ਵਾਲੇ ਦੋਸ਼ੀ ਨੇ ਕੋਰਟ ਵਿੱਚ ਖੁਦ ਨੂੰ ਨਿਰਦੋਸ਼ ਵੀ ਦੱਸ ਦਿੱਤਾ। ਰਸ਼ਤੀ ਤੇ ਇੱਕ ਲਾਈਵ ਪ੍ਰੋਗਰਾਮ ਦੌਰਾਨ 24 ਸਾਲ ਦੇ ਹਾਦੀ ਮਾਤਰ ਨੇ ਹਮਲਾ ਕੀਤਾ ਸੀ। ਮਾਤਰ ਨੇ ਉਹਨਾਂ ਦੇ ਗਲੇ ਤੇ ਚਾਕੂ ਨਾਲ 10 ਤੋਂ 15 ਵਾਰ ਹਮਲਾ ਕੀਤਾ ਜਿਸ ਦੇ ਬਾਅਦ ਰਸ਼ਤੀ ਨੂੰ 에어ਲਫਟ ਕਰਕੇ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਇੱਕ ਡਾਕਟਰ ਨੇ ਅਮਰੀਕੀ মিডিਆ ਨੂੰ ਦੱਸਿਆ ਕਿ ਰਸ਼ਤੀ ਦੇ ਗਲੇ ਅਤੇ ਪੇਟ ਤੇ ਚਾਕੂ ਦੇ ਕਈ ਜ਼ਖਮ ਸਨ ਉਹਨਾਂ ਦੀ ਸਰਜਰੀ ਕੀਤੀ ਗਈ ਹੈ ਮਾਤਰ ਦੇ ਹੱਤਿਆ ਦੀ ਕੋਸ਼ਿਸ਼ ਤੇ ਮਾਰ ਕੁੱਟ ਦਾ ਚਾਰਜ ਲੱਗਾ ਹੈ ਮਾਤਰ ਕੈਲੀਫੋਰਨੀਆ ਵਿੱਚ ਪੈਦਾ ਹੋਇਆ ਸੀ ਪਰ ਹੁਣੇ ਜਹੇ ਉਹ ਨਿਊ ਜਰਸੀ ਚਲਾ ਗਿਆ ਸੀ ਉਸ ਕੋਲ ਇੱਕ ਫੇਕ ਡਰਾਈਵਿੰਗ ਲਾਇਸੈਂਸ ਵੀ ਮਿਲਿਆ ਉਹਨ ਉਸਨੇ ਕੋਰਟ ਵਿੱਚ ਅਰਜ਼ੀ ਦੇ ਕੇ ਖੁਦ ਨੂੰ ਨਰਦੋਸ਼ ਦੱਸਿਆ ਸਲਮਾਨ ਮੁਸਲਮ ਪਰੰਪਰਾਵਾਂ ਤੇ ਲਿਖੇ ਨਾਵਲ ਦਾਸ ਨਾਟਿਕ ਵਰਸਿਸ ਵਿਵਾਦਾਂ ਵਿੱਚ गिर ਗਿਆ ਸੀ ਈਰਾਨ ਦੇ ਧਾਰਮਿਕ ਨੇਤਾ ਆਇਤੱੱਲਾ ਕਮਿਊਨੀ ਨੇ 1999 ਵਿੱਚ ਉਸਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਇਸ ਹਮਲੇ ਨੂੰ ਇਸ ਨਾਲ ਜੋੜਿਆ ਜਾ ਰਿਹਾ ਹਾਲਾਂਕਿ ਈਰਾਨ ਦੇ ਇੱਕ ਡਿਪਲੋਮੈਟ ਨੇ ਕਿਹਾ ਕਿ ਸਾਡਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਦਕਿ ਦਾ ਸਟਾਨਿਕ ਵਰਸਸਸ ਦੇ ਇੱਕ ਜਾਪਾਨੀ ਅਨੁਵਾਦਕ ਹਿਤੋਸ਼ੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਕਿ ਇੱਕ ਇਤਾਲਵੀ ਅਨੁਵਾਦਕ ਅਤੇ ਇੱਕ ਨਾਰਵੇਈ ਪ੍ਰਕਾਸ਼ਕ ਉੱਤੇ ਵੀ ਹਮਲਾ ਕੀਤਾ ਗਿਆ ਸੀ ਰਸ਼ਤੀ ਦੀ ਤਾਰੀਫ ਕਰਨ ਤੇ ਦੱਖਣੀ ਅਫਰੀਕਾ ਚ ਭਾਰਤੀ ਮੂਲ ਦੀ ਮਹਿਲਾ ਲੇਖਕਾ ਜ਼ੈਨਬ ਪ੍ਰਿਆ ਤੇ ਵੀ ਹਮਲਾ ਹੋਇਆ ਸੀ ਹਮਲਾਵਾਰਾਂ ਨੇ ਪ੍ਰਿਆ ਦੀ ਗਰਦਨ ਤੇ ਚਾਕੂ ਰੱਖਿਆ ਹੋਇਆ ਉਸਦੇ ਮੂੰਹ ਤੇ ਇੱਟ ਨਾਲ ਵਾਰ ਕੀਤਾ ਗਿਆ ਸੀ ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਜਦੋਂ ਰਸ਼ਤੀ ਤੋਂ ਪੁੱਛਿਆ ਗਿਆ ਸੀ ਕਿ ਹੁਣ ਉਹਨਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਾਣ ਦਿਓ ਮੈਨੂੰ ਆਪਣੀ ਜ਼ਿੰਦਗੀ ਜੀਉਣੀ ਹੈ ਜਹਾਜ਼ ਹਵਾ ਵਿੱਚ ਉੱਡ ਰਿਹਾ ਸੀ ਅਤੇ ਸਾਰੇ ਯਾਤਰੀ ਆਰਾਮ ਨਾਲ ਸਫ਼ਰ ਕਰ ਰਹੇ ਸਨ ਉਦੋਂ ਇੱਕ ਔਰਤ ਨੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸਦੇ ਕੋਲ ਬੰਬ ਹੈ ਅਤੇ ਉਸ ਫਲਾਈਟ ਨੂੰ ਉਡਾਉਣਾ ਚਾਹੁੰਦੀ ਹੈ ਔਰਤ ਨੇ ਜਿਵੇਂ ਰੌਲਾ ਪਾਇਆ ਤਾਂ ਫਲਾਈਟ ਵਿੱਚ ਛਫੜਾ ਦਫੜੀ ਮੱਚ ਗਈ ਅਤੇ ਲੋਕ ਕਾਫੀ ਡਰ ਗਏ ਮੈਲੇ ਲਗਾਤਾਰ ਨਾਰੇ ਲਗਾ ਰਹੀ ਸੀ ਜਿਸ ਕਾਰਨ ਫਲਾਈਟ ਵਿੱਚ ਸਵਾਰ ਲੋਕ ਬਹੁਤ ਬੁਰੀ ਤਰ੍ਹਾਂ ਨਾਲ ਡਰੇ ਹੋਏ ਸਨ ਹਾਲਾਂਕਿ ਇਸ ਦੌਰਾਨ ਇੱਕ ਵਿਅਕਤੀ ਨੇ ਮੈਲਾ ਨੂੰ ਫਾੜ ਲਿਆ ਸਾਈਪਰਸ ਮੇਲ ਦੀ ਰਿਪੋਰਟ ਦੇ ਮੁਤਾਬਕ ਕਿ ਫਲਾਈਟ ਸਾਈਪਰਸ ਦੇ ਲਾਰਡ ਨਾਕਾ ਤੋਂ ਮਿੰਚੈਸਟਰ ਦੇ ਲਈ ਉਡਾਣ ਭਰੀ ਸੀ ਔਰਤ ਦੇ ਚੀਕਣ ਤੋਂ ਬਾਅਦ ਹਫੜਾ ਦਫੜੀ ਦੇ ਵਿੱਚ ਫਲਾਈਟ ਵਿੱਚ ਸਵਾਰ ਲੋਕਾਂ ਨੂੰ ਲੱਗਾ ਕਿ ਹੁਣ ਮੌਤ ਉਨ੍ਹਾਂ ਦੇ ਸਾਹਮਣੇ ਖੜੀ ਹੈ ਭਾਰਤ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਦੁਨੀਆ ਭਰ ਤੋਂ ਲੋਕ ਭਾਰਤ ਨੂੰ ਵਧਾਈ ਦੇ ਰਹੇ ਨੇ ਪਰ ਧਰਤੀ ਤੋਂ ਬਹੁਤ ਦੂਰ ਪੁਲਾੜ ਤੋਂ ਇੱਕ ਖਾਸ ਸੰਦੇਸ਼ ਆਇਆ ਇਹ ਸੰਦੇਸ਼ ਇਟਲੀ ਦੀ ਪੁਲਾੜ ਯਾਤਰੀ ਸਮੰਥਾ ਕ੍ਰਿਸਟੋਫੋਰਟੀ ਨੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਭੇਜਿਆ ਸਮੰਥਾ ਕ੍ਰਿਸਟੋਫੋਰਟੀ ਨੇ ਇਸ ਵਿਸ਼ੇਸ਼ ਮੌਕੇ ਤੇ ਦੇਸ਼ ਨੂੰ ਵਧਾਈ ਦਿੰਦੇ ਹੋਏ ਪੁਲਾੜ ਤੋਂ ਇੱਕ ਵੀਡੀਓ ਸੰਦੇਸ਼ ਭੇਜਿਆ ਇਸ ਵੀਡੀਓ ਸੰਦੇਸ਼ ਵਿੱਚ ਪੁਲਾੜ ਯਾਤਰੀ ਸਮੰਥਾ ਕ੍ਰਿਸਟੋਫੋਰਟੀ ਨੇ ਕਿਹਾ ਭਾਰਤ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਵਿਦਾਇ ਦਿਂਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਦਹਾਕਿਆਂ ਤੋਂ ਅੰਤਰਰਾਸ਼ਟਰੀ ਏਜੰਸੀਆਂ ਨੇ ਕਈ ਪੁਲਾੜ ਤੇ ਵਿਗਿਆਨ ਮਿਸ਼ਨਾਂ ਤੇ ਭਾਰਤੀ ਪੁਲਾੜ ਖੋਜ ਸੰਗਠਨ ਨਾਲ ਕੰਮ ਕੀਤਾ। ਕ੍ਰਿਸਟੋਫ ਵੇਚੀ ਨੇ ਯੂਰੋਪੀਅਨ ਸਪੇਸ ਏਜੰਸੀ ਦੀ ਇੱਕ ਪੁਲਾੜ ਯਾਤਰੀ ਹੈ ਤੇ ਉਹ ਫਲਹਾਲ ਇੰਟਰਨੈਸ਼ਨਲ ਪੁਲਾੜ ਸਟੇਸ਼ਨ ਤੇ ਹੈ ਜਾਨਕਿ ਆਈਐਸਐਸ ਤੇ ਸਮੰਥਾ ਨੇ ਪ੍ਰੋਗਰਾਮ ਲਈ ਭਾਰਤੀ ਪੁਲਾੜ ਖੋਜ ਸੰਗਠਨ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧABI ਵਿੱਚ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਨੇ 10 ਲੱਖ ਦਿਹਰਮ ਦਾ ਬੰਪਰ ਇਨਾਮ ਜਿੱਤਿਆ ਜੀ ਹਾਂ ਲੂਲੂ ਗਰੁੱਪ ਇੰਟਰਨੈਸ਼ਨਲ ਦੇ ਇੱਕ ਡਿਜੀਟਲ ਡਰਾਅ ਨੇ ਰਾਤੋ ਰਾਤ ਇੱਕ ਭਾਰਤੀ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ ਇਹ ਮੁਕਾਬਲਾ ਗਰੁੱਪ ਦੇ ਮਾਲ ਮਿਲਣੇ ਨੇਰ ਮਹਿੰਦਾ ਹਿੱਸਾ ਸੀ ਇਹ ਅਪ੍ਰੈਲ ਵਿੱਚ ਸ਼ੁਰੂ ਹੋਇਆ ਸੀ ਅਤੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਚੱਲ ਰਿਹਾ ਆਬੂ ਧABI ਅਤੇ ਅਲ ਆਇਨ ਵਿੱਚ ਸਾਰੇ 9 ਭਾਗ ਲੈਣ ਵਾਲੇ ਮਾਲਾਂ ਵਿੱਚ ਗਾਹਕ ਘੱਟੋ ਘਾਟ 200 ਦਿਹਰਮ ਦੀ ਖਰੀਦਦਾਰੀ ਕਰ ਸਕਦੇ ਨੇ ਅਤੇ ਇੱਕ ਕੂਪਨ ਨੰਬਰ ਪ੍ਰਾਪਤ ਕਰ ਸਕਦੇ ਨੇ ਜੋ ਗ੍ਰੈਂਡ ਡਰਾ ਅਤੇ ਵੀਕਲੀ ਇਨਾਮ ਜਿੱਤ ਸਕਦਾ ਹੈ ਖਲਿਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਮੂਲ ਦੀ ਸਿਲਵਰ ਰਾਣੀ ਡੈਨੀਅਲ ਜੋ ਦੋ ਬੱਚਿਆਂ ਦੀ ਮਾਂ ਹੈ ਨੇ ਇਸ ਹਫਤੇ ਆਪਣੇ 80 ਕੂਪਨਾਂ ਵਿੱਚੋਂ ਇੱਕ ਜਿੱਤਿਆ ਹਾਲਾਂਕਿ ਫਿਲਹਾਲ ਉਹ ਛੁੱਟੀਆਂ ਮਨਾਉਣ ਤਾਮਿਲਨਾਡੂ ਸਥਿਤ ਆਪਣੇ ਘਰ ਆਈ ਹੋਈ ਹੈ ਇਸ ਸਬੰਧੀ ਜਾਣਕਾਰੀ ਦੇਣ ਲਈ ਜਦੋਂ ਮਾਲ ਪ੍ਰਬੰਧਕਾਂ ਦੁਆਰਾ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਨਹੀਂ ਮਿਲਿਆ ਖਲਿਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਪਤੀ ਨੇ ਕਿਹਾ ਕਿ ਇਹ ਬਹੁਤ ਨਾਟਕੀ ਹੈ ਕਿਉਂਕਿ ਕੂਪਨ ਮੇਰੀ ਪਤਨੀ ਦੇ ਮੋਬਾਈਲ ਨੰਬਰ રજિસ્ટડને ਉਹਨਾਂ ਨੇ ਕਿਹਾ ਕਿ ਜਦੋਂ ਆਯੋਜਕਾਂ ਨੇ ਬੁੱਧਵਾਰ ਨੂੰ ਮੇਰੀ ਪਤਨੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਨੰਬਰ ਉਪਲਬਧ ਨਹੀਂ ਸੀ ਭਾਰਤ ਵਿੱਚ ਮੇਰੀ ਪਤਨੀ ਨੇ ਆਪਣੇ ਫੋਨ ਤੋਂ ਯੂਏਈ ਦਾ SIM ਹਟਾ ਦਿੱਤਾ ਹੈ ਚੰਗੀ ਗੱਲ ਇਹ ਹੈ ਕਿ ਉਹਨਾਂ ਦਾ WhatsApp ਕੰਮ ਕਰ ਰਿਹਾ ਜਦੋਂ ਫੋਨ ਉਪਲਬਧ ਨਹੀਂ ਸੀ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ WhatsApp ਕਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਇੱਕ ਵੌਇਸ ਨੋਟ ਭੇਜਿਆ ਇਤਫਾਕ ਨਾਲ ਉਹ ਉਸ ਸਮੇਂ ਆਪਣਾ ਫੋਨ ਚਲਾ ਰਹੀ ਸੀ ਮੈਂ ਆਬੂਤਾਬੀ ਵਿੱਚ ਸੀ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਜੇਤੂ ਜੁੜਾ 14 ਸਾਲਾਂ ਤੋਂ ਆਬੂਤਾਬੀ ਵਿੱਚ ਰਹਿ ਰਿਹਾ ਤੇ ਖਰੀਦਦਾਰੀ ਲਈ ਅਕਸਰ ਲੋ ਵਾਲ ਵਿੱਚ ਜਾਂਦਾ ਹੈ ਇਸ ਜੋੜੇ ਦੇ ਦੋ ਬੱਚੇ ਨੇ ਜਿਨ੍ਹਾਂ ਚੋਂ ਬੇਟਾ ਤਾਮਿਲਨਾਡੂ ਵਿੱਚ ਇੰਜੀਨੀਅਰਿੰਗ ਦੀ ਪੜਾਈ ਕਰ ਰਿਹਾ ਅਤੇ ਬੇਟੀ 12ਵੀਂ ਚ ਪੜ ਰਹੀ ਹੈ ਪੰਜਾਬ ਵਿੱਚ ਕਰੋਨਾ ਦੀ ਤੀਜੀ ਲਹਿਰ ਦਾ ਕਹਿਰ جاری ਹੈ 31 ਜੁਲਾਈ ਨੂੰ ਸਭ ਤੋਂ ਬਾਅਦ 3121 ਐਕਟਿਵ ਕੇਸ ਦਰਜ ਹੋਣ ਤੋਂ ਬਾਅਦ 14 ਅਗਸਤ ਨੂੰ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2291 ਰਹਿ ਗਈ ਹੈ ਇੱਕ ਹਫ਼ਤੇ ਤੋਂ ਕਰੋਨਾ ਦੇ ਮਰੀਜ਼ ਲਗਾਤਾਰ ਘਟ ਰਹੇ ਨੇ ਜੋ ਕਿ ਪੰਜਾਬ ਵਾਸੀਆਂ ਲਈ ਰਾਹਤ ਦੀ ਖਬਰ ਹੈ ਜੁਲਾਈ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਸੀ ਐਤਵਾਰ ਨੂੰ ਸਵੇਰੇ ਵਿੱਚ ਕੇਵਲ 256 ਨਵੇਂ ਮਰੀਜ਼ ਮਿਲੇ ਨੇ ਤੇ ਸਤੂਬੇ ਵਿੱਚ ਪੋਜ਼ਿਟਿਵਿਟੀ ਦਰ ਵੀ 5% ਦੇ ਉੱਚੇ ਪੱਧਰ ਨੂੰ ਚੁਣਹਣ ਤੋ ਮੁੜ 2.86 ਤੋਂ 3 ਫੀਸਦੀ ਦੇ ਵਿਚਕਾਰ ਆ ਗਈ ਹੈ ਐਤਵਾਰ ਨੂੰ ਸੂਬੇ ਦੇ 6 ਜ਼ਿਲ੍ਹੇ ਅਜਿਹੇ ਰਹੇ ਜਿਨ੍ਹਾਂ ਵਿੱਚ ਕਰੋਨਾ ਦਾ ਇੱਕ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਉੱਥੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ ਅਤੇ ਇਹ 115 ਤੇ 120 ਦੇ ਅੰਕੜੇ ਨੂੰ ਛੂਣ ਤੋਂ ਬਾਅਦ 103 ਤੇ ਆ ਗਈ ਹੈ ਜੁਲਾਈ ਨੂੰ ਪੂਰੇ ਸੂਬੇ ਵਿੱਚ ਕੇਵਲ 31 ਮਰੀਜ਼ ਆਕਸੀਜਨ ਤੇ ਨਿਰਭਰ ਸੀ ਜਦਕਿ ਅਗਸਤ ਨੂੰ ਇਹ ਅੰਕੜਾ 116 ਤੋਂ ਵੱਧ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਘਟਦਾ ਜਾ ਰਿਹਾ ਹੈ ਦੱਸਦੀ ਹੈ ਕਿ ਕਰੋਨਾ ਦੇ ਨਾਂਵੇਂ ਤੇਜ਼ਦਰ ਗਰਮ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਇੱਕ ਬਿਹਤਰ ਸੰਕੇਤ ਹੈ ਇਸ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਕੁਝ ਪਰੇਸ਼ਾਨ ਕਰਨ ਵਾਲੀ ਹੈ ਅਪ੍ਰੈਲ ਤੋਂ ਲੈ ਕੇ 30 ਜੂਨ ਤੱਕ ਪੰਜਾਬ ਵਿੱਚ ਕੇਵਲ 30 ਲੋਕਾਂ ਦੀ ਮੌਤ ਕਰੋਨਾ ਨਾਲ ਹੋਈ ਸੀ ਜਦਕਿ ਜੁਲਾਈ ਵਿੱਚ ਇਹ ਗਿਣਤੀ ਵੱਧ ਕੇ 44 ਹੋ ਗਈ ਸੀ ਅਗਸਤ ਵਿੱਚ ਰੋਜ਼ਾਨਾ 2-3 ਮੌਤਾਂ ਦਰਜ ਹੋ ਰਹੀਆਂ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲੀਓਏ ਸਟੇ ਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਥ ਸ੍ਰੀ ਅਕਾਲ